ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਇਨ ਬਣਾ ਕੇ ਵਿਖਾਵਾਂਗੇ, ਜਿਹੜਾ ਕਿ ਆਪਾਂ ਜੈਂਟ ਸਵੈਟਰ, ਟੋਪੀਆਂ ਵਗੈਰਾ 'ਤੇ, ਬੱਚਿਆਂ ਦੇ ਸਵੈਟਰ 'ਤੇ, ਲੇਡੀਜ਼ ਕੋਟੀ 'ਤੇ ਵੀ ਪਾ ਸਕਦੇ ਹਾਂ। ਇਹ ਡਿਜ਼ਾਇਨ ਬਣਾਉਣ ਵਿੱਚ ਬਹੁਤ ਸੌਖਾ ਹੈ। ਵੇਖੋ, ਪਹਿਲਾਂ ਆਪਾਂ ਇੱਕ ਕੁੰਡਾ ਉਤਾਰ ਲਿਆ, ਤਿੰਨ ਕੁੰਡੇ ਆਪਾਂ ਪੁੱਠੇ ਬੁਣ ਲਏ। ਇਹ ਜਿਹੜਾ ਆਪਾਂ ਪਹਿਲਾਂ ਡਿਜ਼ਾਇਨ ਪਾਇਆ ਸੀ ਉਹਦੇ ਨਾਲ ਥੋੜ੍ਹਾ ਜਿਹਾ ਮਿਲਦਾ ਜੁਲਦਾ ਡਿਜ਼ਾਇਨ ਆ। ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਆਪਾਂ ਤਿੰਨਾਂ ਕੁੰਡਿਆਂ ਦਾ ਇੱਕ ਕਰ ਲਿਆ। ਤਿੰਨਾਂ ਕੁੰਡਿਆਂ ਦਾ ਆਪਾਂ ਤਿੰਨਾਂ ਕੁੰਡਿਆਂ ਦਾ ਇੱਕ ਕਰ ਲਿਆ। ਫਿਰ ਆਪਾਂ ਇਸ ਤਰ੍ਹਾਂ ਆਪਾਂ ਇੱਕ ਵਾਲ ਪਾਇਆ, ਫਿਰ ਇੱਕ ਕੁੰਡਾ ਸਿੱਧਾ, ਫਿਰ ਵਾਲ ਪਾਇਆ, ਇੱਕ ਕੁੰਡਾ ਸਿੱਧਾ, ਫਿਰ ਆਪਾਂ ਇੱਕ ਵਾਲ ਪਾਇਆ, ਇੱਕ ਕੁੰਡਾ ਸਿੱਧਾ, ਫਿਰ ਆਪਾਂ ਵਾਲ ਪਾਇਆ। ਤਿੰਨਾਂ ਕੁੰਡਿਆਂ ਦੇ ਆਪਾਂ ਫਿਰ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ। ਇੱਧਰ ਹੀ ਧਾਗਾ ਲਿਆ ਕੇ ਇਸ ਤਰ੍ਹਾਂ ਹੁਣ ਆਪਾਂ ਫਿਰ ਅੱਗੋਂ ਤਿੰਨ ਕੁੰਡੇ ਪੁੱਠੇ ਬਣਾਵਾਂਗੇ। ਫਿਰ ਆਪਾਂ ਇਸ ਤਰ੍ਹਾਂ ਪਿੱਛੋਂ ਦੀ ਕਰਕੇ ਇਸ ਤਰ੍ਹਾਂ ਤਿੰਨ ਕੁੰਡੇ ਆਪਾਂ, ਤਿੰਨਾਂ ਕੁੰਡਿਆਂ ਦਾ ਆਪਾਂ ਇੱਕ ਕਰਤਾ। ਤਿੰਨਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਪਿੱਛੋਂ ਦੀ ਇਸ ਤਰ੍ਹਾਂ। ਹੁਣ ਆਪਾਂ ਫਿਰ ਇਸ ਤਰ੍ਹਾਂ ਵਾਲ ਪਾ ਕੇ, ਫਿਰ ਇਸ ਤਰ੍ਹਾਂ ਆਪਾਂ ਇੱਕ ਵਾਲ ਪਾਇਆ, ਫਿਰ ਇਸ ਤਰ੍ਹਾਂ ਕੀਤਾ, ਫਿਰ ਆਪਾਂ ਇੱਕ ਵਾਲ ਪਾਇਆ, ਅਤੇ ਆਪਾਂ ਇਸ ਤਰ੍ਹਾਂ ਤਿੰਨਾਂ ਕੁੰਡਿਆਂ ਨੂੰ ਥੋੜ੍ਹਾ ਢਿੱਲਾ ਕਰਕੇ ਇਸ ਤਰ੍ਹਾਂ ਆਪਾਂ ਇੱਧਰ 'ਚੋਂ ਇਸ ਤਰ੍ਹਾਂ ਕਰਤਾ। ਹੁਣ ਆਪਾਂ ਫਿਰ ਤਿੰਨ ਕੁੰਡੇ ਅੱਗੇ ਪੁੱਠੇ ਬਣਾਉਣੇ ਆ। ਫਿਰ ਆਪਾਂ ਇੱਕ ਕੁੰਡਾ ਸਿੱਧਾ ਬਣਾ ਲੈਣਾ ਜਿਸ ਤਰ੍ਹਾਂ ਆਪਾਂ ਇੱਧਰ ਬਣਾਇਆ ਸੀਗਾ। ਹੁਣ ਆਪਾਂ ਆ ਗਏ ਬੈਕ ਸਿਲਾਈ, ਇੱਕ ਕੁੰਡਾ ਉਤਾਰ ਲਿਆ, ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਇੱਧਰੋਂ। ਫਿਰ ਆਪਾਂ ਨੌਂ ਕੁੰਡੇ, ਇੱਕ, ਦੋ, ਤਿੰਨ, ਚਾਰ, ਪੰਜ, ਨੌਂ ਕੁੰਡੇ ਆਪਾਂ ਪੁੱਠੇ ਬਣਾਉਣੇ ਆ। ਹੁਣ ਆਪਾਂ ਅੱਗੋਂ ਫਿਰ ਤਿੰਨ ਕੁੰਡੇ ਸਿੱਧੇ ਬਣਾਏ, ਦੋ, ਤਿੰਨ। ਫਿਰ ਅੱਗੋਂ ਆਪਾਂ ਨੌਂ ਕੁੰਡੇ ਪੁੱਠੇ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ। ਫਿਰ ਆਪਾਂ ਪਿੱਛੇ ਧਾਗਾ ਕਰਕੇ ਤਿੰਨ ਕੁੰਡੇ ਫਿਰ ਸਿੱਧੇ ਬਣਾਏ, ਫਿਰ ਇੱਕ ਕੁੰਡਾ ਆਪਣਾ। ਹੁਣ ਆਪਾਂ ਫਿਰ ਇਸ ਤਰ੍ਹਾਂ ਆਪਾਂ ਇੱਧਰੋਂ
ਫਿਰ ਇੱਕ ਸਿਲਾਈ ਸਿੱਧੀ, ਇੱਕ ਕੁੰਡਾ ਉਤਾਰ ਲਿਆ, ਤਿੰਨ ਕੁੰਡੇ ਫਿਰ ਪੁੱਠੇ, ਫਿਰ ਇਸ ਤਰ੍ਹਾਂ ਇੱਕ ਦੋ ਚਾਰ ਪੰਜ ਛੇ ਸੱਤ ਅੱਠ ਨੌ ਕੁੰਡੇ ਆਪਾਂ ਸਿੱਧੇ ਬਣਾ ਲਏ। ਫਿਰ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਫਿਰ ਇੱਧਰੋਂ ਪੁੱਠੇ ਬਣਾ ਲਏ। ਫਿਰ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਫਿਰ ਨੌ ਕੁੰਡੇ ਆਪਾਂ ਸਿੱਧੇ ਬਣਾਏ। ਤਿੰਨ ਕੁੰਡੇ ਪੁੱਠੇ, ਫਿਰ ਆਪਾਂ ਹੁਣ ਆਪਾਂ ਫਿਰ ਬੈਕ ਸਿਲਾਈ ਆ ਗਏ। ਬੈਕ ਸਿਲਾਈ ਫਿਰ ਆਪਾਂ ਤਿੰਨ ਸਿੱਧੇ ਇਸ ਤਰ੍ਹਾਂ ਨੌ ਪੁੱਠੇ, ਨੌ ਕੁੰਡੇ ਪੁੱਠੇ ਤਿੰਨ ਸਿੱਧੇ ਫਿਰ ਨੌ ਕੁੰਡੇ ਪੁੱਠੇ। ਹੁਣ ਆਪਣਾ ਅੱਗੋਂ ਧਿਆਨ ਦੇਣ ਵਾਲਾ ਡਿਜ਼ਾਇਨ ਆ, ਅਗਲੀ ਸਿਲਾਈ ਨੂੰ ਚੰਗੀ ਤਰ੍ਹਾਂ ਦੇਖਿਓ। ਹੁਣ ਆਪਾਂ ਸਿੱਧੀ ਸਿਲਾਈ ਆ ਗਏ, ਆ ਵੇਖੋ। ਹੁਣ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ, ਇੱਕ ਕੁੰਡਾ ਉਤਾਰ ਲਿਆ, ਭਾਵੇਂ ਉਣ ਲਓ ਭਾਵੇਂ ਉਸ ਤਰ੍ਹਾਂ ਹੀ ਉਤਾਰ ਲਓ, ਇੱਕ ਕੁੰਡਾ ਸਿੱਧਾ। ਫਿਰ ਆਪਾਂ ਵਲ ਪਾ ਕੇ ਇਸ ਤਰ੍ਹਾਂ ਇੱਕ ਕੁੰਡਾ, ਫਿਰ ਆਪਾਂ ਇਸ ਤਰ੍ਹਾਂ ਫਿਰ ਜਾਲੀ ਬਣਾ ਕੇ ਇੱਕ ਕੁੰਡਾ ਸਿੱਧਾ। ਹੁਣ ਆਪਾਂ ਫਿਰ ਜਾਲੀ ਪਾਈ, ਇਸ ਤਰ੍ਹਾਂ ਆਪਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ। ਹੁਣ ਆਪਾਂ ਇੱਥੋਂ ਵਲ ਪਾ ਕੇ ਦੋ ਤਿੰਨ ਕੁੰਡੇ ਆਪਾਂ ਪੁੱਠੇ ਬਣਾ ਲਏ, ਤਿੰਨ ਕੁੰਡੇ ਪੁੱਠੇ ਬਣਾ ਲਏ। ਫਿਰ ਆਪਾਂ ਪਿੱਛੇ ਨੂੰ ਧੱਗਾ ਕਰਕੇ ਇਸ ਤਰ੍ਹਾਂ ਤਿੰਨਾਂ ਕੁੰਡਿਆਂ ਦਾ ਆਪਾਂ ਪਿੱਛੋਂ ਦੀ ਇੱਕ ਕੁੰਡਾ ਕਰ ਦੇਣਾ। ਇੱਕ ਕੁੰਡਾ ਕਰਤਾ ਪਿੱਛੋਂ, ਫਿਰ ਆਪਾਂ ਇਸ ਤਰ੍ਹਾਂ ਅੱਗੇ ਧਾਗਾ ਕਰਕੇ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਵਲ ਪਾ ਕੇ ਹੁਣ ਆਪਾਂ ਇਸ ਤਰ੍ਹਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਫਿਰ ਆਪਾਂ ਅੱਗੇ ਧਾਗਾ ਲਿਆ ਕੇ ਤਿੰਨ ਕੁੰਡੇ ਪੁੱਠੇ ਬਣਾਵਾਂਗੇ ਇਸ ਤਰ੍ਹਾਂ। ਫਿਰ ਆਪਾਂ ਇਸ ਤਰ੍ਹਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ, ਹੁਣ ਆਪਾਂ ਵਾਲ ਪਵਾ ਕੇ ਇੱਕ ਦੋ ਤਿੰਨ ਹੁਣ ਆਪਾਂ ਬੈਕ ਸਿਲਾਈ ਆ ਗਏ, ਇੱਕ ਦੋ
ਤਿੰਨ ਚਾਰ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਗੁੰਡੇ ਹੁਣ ਆਪਾਂ ਇੱਥੇ ਉੱਤੇ ਬਣਾ ਲਏ, ਫਿਰ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲਏ, ਫਿਰ ਇੱਕ ਦੋ ਤਿੰਨ ਚਾਰ ਇਸ ਤਰ੍ਹਾਂ ਇਹ ਆਪਣਾ ਡਿਜ਼ਾਇਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ। ਬਹੁਤ ਸੋਹਣਾ ਬਣਦਾ, ਆਪਾਂ ਇਹ ਆਪਾਂ ਕਿਸੇ ਵੀ ਪ੍ਰੋਜੈਕਟ 'ਤੇ ਪਾ ਸਕਦੇ ਹਾਂ, ਬਣਾਉਣ ਵਿੱਚ ਵੀ ਬਹੁਤ ਸੌਖਾ। ਹੁਣ ਆਪਣੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।